आज तक नहीं देखा कोई पॉलिटिशियन परमात्मा की सौं खावे ते मुकरे। जिहड़ा इंसान परमात्मा ने गुरु महाराज तो झूठी सौं खा सकता है वो की गल कर सकता है। कैप्टन अमरिंदर सिंह इको ही मुख्यमंत्री है, पिछले चार साल अपने घरों में निकले। तुम मैं एक दस दौ कि अखबार पढ़िया कि अभी कैप्टन अमरिंदर सिंह संगरूर आया, अभी कैप्टन अमरिंदर सिंह कपूरथला आया, कैप्टन अमरिंदर सिंह जलंधर गया। किसानी की जो जो मुश्किल आनी सी सारिया ही मुश्किल सरदार प्रकाश सिंह बादल किस समय के समय करते रहे। एक भी निशानी कांग्रेस की नहीं दिखती। ਲੋਕਾਂ ਨੂੰ ਪਤਾ ਆ ਵੀ ਕਿੰਨਾ ਸਾਡੇ ਏਰੀਏ 'ਚ ਰੇਤ ਚੱਲਦੀ ਆ, ਕਿੰਨਾ ਸਾਡੇ ਏਰੀਏ 'ਚ ਡਰੱਗ ਚੱਲਦਾ, ਸਾਰੇ ਲੋਕਾਂ ਨੂੰ ਪਤਾ ਸਭ ਕੁਛ। ਇਹ ਤਾਂ ਕੋਈ ਕਹਿਣ ਦੀ ਗੱਲ ਨਹੀਂ, ਮੈਨੂੰ ਲੱਗਦਾ ਉਹ ਭੁਲੇਖਾ ਪੈ ਜਾਂਦਾ ਕਈ ਵਾਰੀ ਉਹਨੂੰ ਬੋਲਣ ਲੱਗਿਆ ਪਤਾ ਨਹੀਂ ਲੱਗਦਾ। ਅਤੇ ਇਹ ਤਾਂ ਆਪ ਜਿਹੜਾ ਸਾਰਾ ਪੰਜਾਬ ਮਰਵਾਤਾ ਚਿੱਟੇ ਨਾਲ ਇਹਨਾਂ ਲੋਕਾਂ ਨੇ, ਔਰ ਇਹ ਦੂਜਿਆਂ 'ਤੇ ਇਲਜ਼ਾਮ ਲਾਉਂਦੇ ਆ ਡਰੱਗ ਮਾਫੀਆ ਦੂਸਰਾ ਮਾਫੀਆ। ਇਹ ਤਾਂ ਲੋਕ ਜਿੱਦਾਂ ਹੈ ਨਾ, ਇਹਨੂੰ ਸੀਰੀਅਸ ਕਈ ਵਾਰੀ ਤਾਂ ਇਹਦਾ ਜਵਾਬ ਦੇਣ ਨੂੰ ਜੀ ਨਹੀਂ ਕਰਦਾ। ਪਿੱਛੇ ਜੇ ਕੈਪਟਨ ਸਾਹਿਬ ਆਏ ਜਦੋਂ ਮੁੱਖ ਮੰਤਰੀ ਨਹੀਂ ਸੀ ਬਣੇ, ਉਦੋਂ ਆਏ ਸਾਡੇ ਕੋਲ, ਅਤੇ ਉਦੋਂ ਉੱਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਅੱਧੀ ਵਾਰੀ ਜਦੋਂ ਆਏ ਨਾ, ਉੱਥੇ ਗੋਡਿਆਂ ਦੀ ਪ੍ਰੋਬਲਮ ਸੀ, ਉਹਦੇ ਕਰਕੇ ਮੱਥਾ ਨਹੀਂ ਟੇਕਿਆ ਗਿਆ। ਅਤੇ ਉਸ ਤੋਂ ਬਾਅਦ ਲਗਾਤਾਰ ਜਦੋਂ ਸੁਲਤਾਨਪੁਰ ਆਉਂਦੇ ਆ, ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਆ, ਉਹ ਗੁਰਦੁਆਰਾ ਬੇਰ ਸਾਹਿਬ ਦਰਸ਼ਨ ਕਰਕੇ ਮੱਥਾ ਟੇਕ ਕੇ ਜਾਂਦੇ ਆ। ਇਹ ਸ਼ਰਮ ਨਹੀਂ ਆਈ ਇੱਕ ਅਕਾਲੀ ਦਲ ਦਾ ਪ੍ਰਧਾਨ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ, ਆਪਣੇ ਆਪ ਨੂੰ ਪਤਾ ਨਹੀਂ ਕੀ ਕੀ ਸ਼ੋਅ ਕਰਦੇ ਆ ਵੀ ਸਾਰਾ ਕੁਛ ਅਸੀਂ ਫੜਿਆ, ਉਹ ਬੰਦਾ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਆਇਆ ਹੋਵੇ ਅਤੇ ਗੁਰਦੁਆਰਾ ਬੇਰ ਸਾਹਿਬ ਮੱਥਾ ਨਾ ਟੇਕ ਕੇ ਜਾਵੇ, ਇਹ ਤੋਂ ਵੱਡੀ ਸ਼ਰਮ ਦੀ ਕਿਹੜੀ ਗੱਲ ਆ। SDPC ਨੂੰ ਮੈਂ ਕਹਿੰਦਾ ਹੁਣ ਕੀ ਹੈ, ਕੀ ਐਕਸ਼ਨ ਲਓਗੇ, ਕੀ ਕਹੋਗੇ ਹੁਣ ਇਹਦੇ 'ਤੇ ਜਿਹੜਾ ਕੈਪਟਨ ਸਾਹਿਬ ਨੂੰ ਕਹਿੰਦੇ ਹੁੰਦੇ ਆ। ਅਤੇ ਇਹ ਲੋਕ ਤਾਂ ਗੁਰੂ ਘਰ 'ਤੇ ਵਰਤਦੇ ਆ ਆਪਣੀਆਂ ਰੈਲੀਆਂ ਲਈ, ਲੰਗਰਾਂ ਲਈ ਅਤੇ ਸਟੇਜਾਂ ਲਈ, ਹੋਰ ਇਹਨਾਂ ਨੂੰ ਕੋਈ ਮਤਲਬ ਨਹੀਂ ਗੁਰੂ ਘਰ ਨਾਲ, ਕੋਈ ਸ਼ਰਧਾ ਨਹੀਂ ਕੁਛ। ਵਿਕਾਸ ਅੱਜ ਮੈਂ ਪਿੰਡਾਂ 'ਚ ਜਾ ਕੇ ਆਇਆ, ਕਰੋੜ ਕਰੋੜਾਂ ਦੇ ਕੰਮ ਪਿੰਡਾਂ 'ਚ ਹੋਏ ਆ ਲੋਕਾਂ ਦੇ, ਜਾ ਕੇ ਪੁੱਛੋ। ਅੱਜ ਸੁਲਤਾਨਪੁਰ ਲੋਧੀ 'ਚ ਦੁਨੀਆ ਦੇ ਵਿੱਚ ਨਾਂ ਚਮਕਿਆ, ਅਤੇ ਇਹ ਸਾਡੀ ਸਰਕਾਰ ਕਰਕੇ ਚਮਕਿਆ। ਪੁਲਾਂ ਦੀ ਗੱਲ ਕਰ ਲਓ, ਕਿਸੇ ਤਰ੍ਹਾਂ ਦੀ ਬੱਸ ਸਟੈਂਡ ਦੀ ਗੱਲ ਕਰੋ, ਇਹਨੇ ਸਰਕਾਰ 'ਚ ਤਾਂ ਬਹੁਤ ਸਾਰੇ ਬੱਸਾਂ ਖਲੋਂਦੀਆਂ ਸੀ, ਅੱਜ ਬੱਸ ਸਟੈਂਡ ਦੀਆਂ ਲੋਕ ਫੋਟੋਆਂ ਖਿੱਚ ਕੇ ਜਾਂਦੇ ਆ। ਕੋਈ ਵੀ ਚੀਜ਼ਾਂ ਪਿੰਡਾਂ ਦਾ ਵਿਕਾਸ, ਸ਼ਹਿਰਾਂ ਦਾ ਵਿਕਾਸ, ਇਹ ਤਾਂ ਇਹਨਾਂ ਨੂੰ ਦਿਸਦਾ ਨਹੀਂ, ਉਹ ਕਹਿਣਾ ਹੀ ਇਹਨਾਂ ਨੇ, ਇਹ ਤਾਂ ਹਾਲਾਤ ਇਹਨਾਂ ਦੇ ਬਣ ਗਏ ਆ। ਤੋ ਇਹ ਜ਼ਿਆਦਾ ਇਹਦੇ ਬਾਰੇ ਕੋਈ ਸੀਰੀਅਸ ਲੈਣ ਦੀ ਲੋੜ ਨਹੀਂ, ਇਹ ਬੰਦੇ ਨੂੰ ਪਤਾ ਹੀ ਨਹੀਂ ਕਿੱਥੇ ਕੀ ਬੋਲਦਾ।